ਭਾਈ ਦੇਖੀ ਕਿਵੇਂ ਤੇ ਲੱਗੀ ਫਿਲਮ ਸਾਰੀ ਮੂਵੀ ਬਹੁਤ ਵਧੀਆ ਲੱਗੀ ਮੈਂ ਦੇਖਿਆ ਅੰਦਰ ਹੱਸ ਵੀ ਰਹੇ ਸੀ ਇਮੋਸ਼ਨਲ ਵੀ ਸੀ ਸਾਰੇ ਆਈ ਥਿੰਕ ਇੱਕ ਡਾਇਰੈਕਟਰ ਦੀ ਜਿੱਤ ਹੁੰਦੀ ਯਾਰ ਜੀ ਭਾਈ ਨੂੰ ਬਹੁਤ ਬਹੁਤ ਵਧਾਈਆਂ ਜਤਿੰਦਰ ਸ਼ਾਹ ਭਾਈ ਦਾ ਮਿਊਜ਼ਿਕ ਬਾ ਕਮਾਲ ਬੋਲ ਰਿਹਾ ਸੀ ਆਈ ਥਿੰਕ ਆਪਾਂ ਬੜਾ ਪਿਆਰ ਦਾ ਮੈਸੇਜ ਦਿੱਤਾ ਜੀ ਸਰ ਕਿਵੇਂ ਦੇਖਦੇ ਹੋ ਤੁਸੀਂ ਆਪਣੀ ਫਿਲਮ ਜੋ ਹੈ ਅੱਜ ਦੇਖੀ ਕਿਵੇਂ ਤਾਂ ਲੱਗੀ ਫਿਲਮ ਬਹੁਤ ਵਧੀਆ ਯਾਰ ਸਾਰੇ ਜਣੇ ਇਮੋਸ਼ਨਲ ਹੋ ਗਏ ਆਖਿਰ ਤੇ ਐਂਡ ਕਲਾਈਮੈਕਸ ਬਹੁਤ ਵਧੀਆ ਸਾਰਿਆਂ ਨੂੰ ਲੱਗਾ ਐਂਡ ਸਾਰੀ ਮੂਵੀ ਬਹੁਤ ਵਧੀਆ ਲੱਗੀ ਮੈਂ ਦੇਖਿਆ ਅੰਦਰ ਹੱਸ ਵੀ ਰਹੇ ਸੀ ਇਮੋਸ਼ਨਲ ਵੀ ਸੀ ਸਾਰੇ ਆਈ ਥਿੰਕ ਇੱਕ ਡਾਇਰੈਕਟਰ ਦੀ ਜਿੱਤ ਹੁੰਦੀ ਯਾਰ ਜੀ ਭਾਈ ਨੂੰ ਬਹੁਤ ਬਹੁਤ ਵਧਾਈਆਂ ਐਂਡ ਮੈਂ ਵੀ ਬਹੁਤ ਮਿਹਨਤ ਕੀਤੀ ਫਿਲਮ ਦੇ ਵਿੱਚ ਸਾਰਿਆਂ ਨੂੰ ਮੇਰਾ ਕਰੈਕਟਰ ਵਧੀਆ ਲੱਗਿਆ ਗੁਰਸ਼ਬਦ ਭਾਈ ਵਧੀਆ ਲੱਗੇ ਰਾਜ ਬੱਬਰ ਸਰ ਵਧੀਆ ਲੱਗੇ ਇਸ਼ਾ ਤਲਵਾਰ ਸਾਰਾ ਹੀ ਕਰੈਕਟਰ ਬਹੁਤ ਵਧੀਆ ਲੱਗੇ ਸੀਮਾ ਮੈਮ ਨੇਹਾ ਕੌਮਿਕ ਸਿੰਘ ਭਾਈ ਅਤੇ ਦਾਦੀ ਦਾ ਕਰੈਕਟਰ ਸਾਰਿਆਂ ਨੂੰ ਸਾਰੇ ਬਹੁਤ ਵਧੀਆ ਲੱਗੇ ਜਤਿੰਦਰ ਸ਼ਾਹ ਭਾਈ ਦਾ ਮਿਊਜ਼ਿਕ ਬਾ ਕਮਾਲ ਬੋਲ ਰਿਹਾ ਸੀ ਥੀਏਟਰ ਦੇ ਵਿੱਚ ਸੰਦੀਪ ਔਲਖ ਸਾਹਿਬ ਦੇ ਲਿਰਿਕਸ ਸਾਰਿਆਂ ਦੇ ਦਿਲ ਟੱਚ ਕਰ ਰਹੇ ਸੀ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਫਿਲਮ ਵੇਖੀ ਹੈ ਥੈਂਕ ਯੂ ਅੱਛਾ ਤੁਸੀਂ ਕਿਵੇਂ ਦੇਖਦੇ ਹੋ ਉਹ ਇੱਕ ਦੂਸਰਾ ਪੰਜਾਬ ਜੋ ਇੱਕ ਇੰਡੀਆ ਵਾਲੇ ਪੰਜਾਬ ਨਾਲ ਕਨੈਕਟ ਹੋਇਆ ਫਿਲਮ ਦੇ ਵਿੱਚ ਕਿਵੇਂ ਦੇਖਦੇ ਹੋ ਆਈ ਥਿੰਕ ਆਪਾਂ ਬੜਾ ਪਿਆਰ ਦਾ ਮੈਸੇਜ ਦਿੱਤਾ ਜੀ ਜੋ ਹੈਗਾ ਵੀ ਹੈ ਵੈਸੇ ਅਤੇ ਕੋਸ਼ਿਸ਼ ਇਹੀ ਆ ਕਿ ਜਿਹੜਾ ਸਿਨੇਮਾ ਉਹਦੇ 'ਚ ਕੋਈ ਬਾਉਂਡਰੀ ਨਾ ਰਵੇ ਜਾਂ ਮਿਊਜ਼ਿਕ 'ਚ ਕੋਈ ਬਾਉਂਡਰੀ ਨਾ ਰਵੇ ਅਤੇ ਉਹੀ ਆਪਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਤੁਸੀਂ ਖੁਦ ਦੇਖ ਕੇ ਔਰ ਫੀਲ ਕਰ ਸਕਦੇ ਹੋ ਜੋ ਚੀਜ਼ ਆਪਾਂ ਦਿਲਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੋਈ ਆਪਣਾ ਫੇਵਰੇਟ ਸੌਂਗ ਜੋ ਇਹਦੇ ਵਿੱਚ ਲੱਗਿਆ ਹੋਵੇ ਜਾਂ ਮੂਵੀ 'ਚ ਮੈਂ ਫੁੱਲੇ ਖਾਧੇ ਮੇਰੇ ਮੂੰਹ 'ਚ ਆਈ ਜਾਂਦੇ ਮੂਵੀ 'ਚ ਫੇਵਰੇਟ ਸੌਂਗ ਆ ਆਈ ਥਿੰਕ ਮੈਨੂੰ ਜਿਹੜਾ ਸਭ ਤੋਂ ਬੈਸਟ ਲੱਗਦਾ ਉਹ ਤੇਰੇ ਵਾਲੀ ਥਾਂ ਗਾਣਾ ਬਹੁਤ ਅੱਛਾ ਹੈ ਈਵਨ ਮੌਲਾ ਮੇਰੇ ਸਾਰੇ ਗਾਣੇ ਬਹੁਤ ਵਧੀਆ ਵਾ ਮਤਲਬ ਸਾਰੇ ਹੀ ਫੇਵਰੇਟ ਨੇ ਮੇਰੇ ਥੈਂਕ ਯੂ ਕੋਈ ਇੱਕ ਡਾਇਲੋਗ ਸੁਣਾ ਦਿਓ ਡਾਇਲੋਗ ਆਏ ਵੀ ਬੰਦ ਨਾਲ ਅੰਡਾ ਕਰਾਵਿਓ ਸਾਰੇ ਬਹੁਤ ਬਹੁਤ ਸਰ ਕਿਵੇਂ ਦੇਖਦੇ ਹੋ ਤੁਸੀਂ ਆਪਣੀ ਫਿਲਮ ਜੋ ਹੈ ਅੱਜ ਦੇਖੀ ਕਿਵੇਂ ਤਾਂ ਲੱਗੀ ਫਿਲਮ ਬਹੁਤ ਵਧੀਆ ਯਾਰ ਸਾਰੇ ਜਣੇ ਇਮੋਸ਼ਨਲ ਹੋ ਗਏ ਆਖਿਰ ਤੇ ਐਂਡ ਕਲਾਈਮੈਕਸ ਬਹੁਤ ਵਧੀਆ ਸਾਰਿਆਂ ਨੂੰ ਲੱਗਾ ਐਂਡ ਸਾਰੀ ਮੂਵੀ ਬਹੁਤ ਵਧੀਆ ਲੱਗੀ ਮੈਂ ਦੇਖਿਆ ਅੰਦਰ ਹੱਸ ਵੀ ਰਹੇ ਸੀ ਇਮੋਸ਼ਨਲ ਵੀ ਸੀ ਸਾਰੇ ਆਈ ਥਿੰਕ ਇੱਕ ਡਾਇਰੈਕਟਰ ਦੀ ਜਿੱਤ ਹੁੰਦੀ ਯਾਰ ਜੀ ਭਾਈ ਨੂੰ ਬਹੁਤ ਬਹੁਤ ਵਧਾਈਆਂ ਐਂਡ ਮੈਂ ਵੀ ਬਹੁਤ ਮਿਹਨਤ ਕੀਤੀ ਫਿਲਮ ਦੇ ਵਿੱਚ ਸਾਰਿਆਂ ਨੂੰ ਮੇਰਾ ਕਰੈਕਟਰ ਵਧੀਆ ਲੱਗਿਆ ਗੁਰਸ਼ਬਦ ਭਾਈ ਵਧੀਆ ਲੱਗੇ ਰਾਜ ਬੱਬਰ ਸਰ ਵਧੀਆ ਲੱਗੇ ਇਸ਼ਾ ਤਲਵਾਰ ਸਾਰਾ ਹੀ ਕਰੈਕਟਰ ਬਹੁਤ ਵਧੀਆ ਲੱਗੇ ਸੀਮਾ ਮੈਮ ਨੇਹਾ ਕੌਮਿਕ ਸਿੰਘ ਭਾਈ ਅਤੇ ਦਾਦੀ ਦਾ ਕਰੈਕਟਰ ਸਾਰਿਆਂ ਨੂੰ ਸਾਰੇ ਬਹੁਤ ਵਧੀਆ ਲੱਗੇ ਜਤਿੰਦਰ ਸ਼ਾਹ ਭਾਈ ਦਾ ਮਿਊਜ਼ਿਕ ਬਾ ਕਮਾਲ ਬੋਲ ਰਿਹਾ ਸੀ ਥੀਏਟਰ ਦੇ ਵਿੱਚ ਸੰਦੀਪ ਔਲਖ ਸਾਹਿਬ ਦੇ ਲਿਰਿਕਸ ਸਾਰਿਆਂ ਦੇ ਦਿਲ ਟੱਚ ਕਰ ਰਹੇ ਸੀ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਫਿਲਮ ਵੇਖੀ ਹੈ ਥੈਂਕ ਯੂ ਅੱਛਾ ਤੁਸੀਂ ਕਿਵੇਂ ਦੇਖਦੇ ਹੋ ਉਹ ਇੱਕ ਦੂਸਰਾ ਪੰਜਾਬ ਜੋ ਇੱਕ ਇੰਡੀਆ ਵਾਲੇ ਪੰਜਾਬ ਨਾਲ ਕਨੈਕਟ ਹੋਇਆ ਫਿਲਮ ਦੇ ਵਿੱਚ ਕਿਵੇਂ ਦੇਖਦੇ ਹੋ ਆਈ ਥਿੰਕ ਆਪਾਂ ਬੜਾ ਪਿਆਰ ਦਾ ਮੈਸੇਜ ਦਿੱਤਾ ਜੀ ਜੋ ਹੈਗਾ ਵੀ ਹੈ ਵੈਸੇ ਅਤੇ ਕੋਸ਼ਿਸ਼ ਇਹੀ ਆ ਕਿ ਜਿਹੜਾ ਸਿਨੇਮਾ ਉਹਦੇ 'ਚ ਕੋਈ ਬਾਉਂਡਰੀ ਨਾ ਰਵੇ ਜਾਂ ਮਿਊਜ਼ਿਕ 'ਚ ਕੋਈ ਬਾਉਂਡਰੀ ਨਾ ਰਵੇ ਅਤੇ ਉਹੀ ਆਪਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਤੁਸੀਂ ਖੁਦ ਦੇਖ ਕੇ ਔਰ ਫੀਲ ਕਰ ਸਕਦੇ ਹੋ ਜੋ ਚੀਜ਼ ਆਪਾਂ ਦਿਲਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੋਈ ਆਪਣਾ ਫੇਵਰੇਟ ਸੌਂਗ ਜੋ ਇਹਦੇ ਵਿੱਚ ਲੱਗਿਆ ਹੋਵੇ ਜਾਂ ਮੂਵੀ 'ਚ ਮੈਂ ਫੁੱਲੇ ਖਾਧੇ ਮੇਰੇ ਮੂੰਹ 'ਚ ਆਈ ਜਾਂਦੇ ਮੂਵੀ 'ਚ ਫੇਵਰੇਟ ਸੌਂਗ ਆ ਆਈ ਥਿੰਕ ਮੈਨੂੰ ਜਿਹੜਾ ਸਭ ਤੋਂ ਬੈਸਟ ਲੱਗਦਾ ਉਹ ਤੇਰੇ ਵਾਲੀ ਥਾਂ ਗਾਣਾ ਬਹੁਤ ਅੱਛਾ ਹੈ ਈਵਨ ਮੌਲਾ ਮੇਰੇ ਸਾਰੇ ਗਾਣੇ ਬਹੁਤ ਵਧੀਆ ਵਾ ਮਤਲਬ ਸਾਰੇ ਹੀ ਫੇਵਰੇਟ ਨੇ ਮੇਰੇ ਥੈਂਕ ਯੂ ਕੋਈ ਇੱਕ ਡਾਇਲੋਗ ਸੁਣਾ ਦਿਓ ਡਾਇਲੋਗ ਆਏ ਵੀ ਬੰਦ ਨਾਲ ਅੰਡਾ ਕਰਾਵਿਓ ਸਾਰੇ ਬਹੁਤ ਬਹੁਤ